ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਵੈਸੇ ਜਿਹੜਾ ਹੁੰਦਾ ਅਕਸਰ ਇਹ ਹੁੰਦਾ ਕਿ ਅਸੀਂ ਗੱਲਬਾਤ ਕਰੀਦੀ ਹੈ, ਤੁਹਾਡੀਆਂ ਚਿੱਠੀਆਂ ਦੇ ਜਿਹੜੇ ਜਵਾਬ ਦੇਈਦੇ, ਮੇਲ ਬਾਕਸ ਹੁੰਦਾ ਅਤੇ ਨਾਲ ਦੀ ਨਾਲ ਕਿਸੇ ਨਾ ਕਿਸੇ ਰੀਤੀ ਰਿਵਾਜ਼ ਜਾਂ ਆਪਾਂ ਸੋਸ਼ਲ ਵਿਸ਼ਿਆਂ ਦੀ ਗੱਲਬਾਤ ਕਰਕੇ ਅਤੇ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਡੇ ਰੂਬਰੂ ਕਰੀਦਾ। ਪਰ ਅੱਜ ਦਾ ਜਿਹੜਾ ਪਹਿਲਾ ਸੈਗਮੈਂਟ ਹੁੰਦਾ ਸਾਡਾ ਉਹ ਮੇਲ ਬਾਕਸ ਨਹੀਂ ਹੋਏਗਾ, ਕਿਉਂਕਿ ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਇੱਕ ਆਏ ਹੋਏ ਨੇ। ਮਹਿਮਾਨ ਦੀ ਅਗਰ ਮੈਂ ਗੱਲ ਕਰਾਂ ਤਾਂ ਅਸੀਂ ਗਾਹੇ ਵਗਾਹੇ ਅਕਸਰ ਹੀ ਬਲਕਿ ਬਹੁਤ ਸਾਰੇ ਕਲਾਕਾਰਾਂ ਨੂੰ ਪੰਜਾਬ ਤੋਂ ਜੋ ਆਉਂਦੇ ਨੇ ਇੱਧਰ ਪ੍ਰੋਗਰਾਮ ਵਗੈਰਾ ਕਰਨ ਵਾਸਤੇ, ਉਹਨਾਂ ਨੂੰ ਵੀ ਤੁਹਾਡੇ ਰੂਬਰੂ ਕਰੀਦਾ। ਫਿਰ ਅਸੀਂ ਅਮੈਰੀਕਾ ਦੇ ਕਿਸੇ ਵੀ ਕੋਨੇ 'ਚ ਗਏ ਹੋਈਏ, ਉੱਥੇ ਕੋਈ ਨਵਾਂ ਟੇਲੈਂਟ ਹੁੰਦਾ ਅਤੇ ਉਹ ਵੀ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰੀਦੀ ਆ। ਅਤੇ ਬਾਕੀ ਫਿਰ ਹੋਰ ਕਲਾਕਾਰ ਜਿਹੜੇ ਹੈਗੇ ਨੇ ਜਿਹੜੇ ਇੱਧਰਲੇ ਮੁਲਕਾਂ ਦੇ ਵਿੱਚ ਆ ਕੇ ਕੰਮਾਂ ਕਾਰਾਂ ਦਾ ਬੋਝ ਹੋਣ ਦੇ ਬਾਵਜੂਦ ਵੀ ਆਪਣੇ ਇਸ ਸ਼ੌਕ ਨੂੰ ਕਾਇਮ ਰੱਖਿਆ, ਕਾਇਮ ਹੀ ਨਹੀਂ ਬਲਕਿ ਹੋਰ ਕੰਮਾਂ ਧੰਦਿਆਂ 'ਚੋਂ ਪੈਸਾ ਕਮਾ ਕੇ ਇੱਧਰਲੇ ਪਾਸੇ ਲਾ ਦੇਣਾ, ਉਹ ਵੀ ਕਿਸੇ ਚੰਗੇ ਕੰਮ ਵਾਸਤੇ। ਜਿਹੜੇ ਆਰਟਿਸਟ ਅੱਜ ਮੇਰੇ ਨਾਲ ਆਏ ਨੇ, ਸਿੰਗਰ ਆਏ ਨੇ, ਉਹਨਾਂ ਦੀ ਜੇ ਮੈਂ ਗੱਲ ਕਰਾਂ, ਉਹਨਾਂ ਨੇ ਹੋਰ ਮਿਹਨਤਾਂ ਕਰਕੇ ਅਮੈਰੀਕਾ ਦੇ ਵਿੱਚ ਉੱਧਰੋਂ ਪੈਸਾ ਕਮਾ ਕੇ ਸਾਡੇ ਪੰਜਾਬੀਆਂ ਵਾਸਤੇ ਇੱਕ ਗੀਤ ਕੱਢਿਆ। ਪਹਿਲਾ ਗੀਤ ਆ ਉਹਨਾਂ ਦਾ, ਸੋ ਹੌਸਲਾ ਅਫਜ਼ਾਈ ਕਰਨੀ ਬਣਦੀ ਆ। ਗੀਤ ਕੱਢਿਆ ਪੰਜਾਬ ਦੇ ਹਾਲਾਤਾਂ ਬਾਰੇ, ਇੱਥੋਂ ਤੱਕ ਸ਼ੁਰੂ ਗੱਲ ਕੀਤੀ ਪੰਜਾਬ ਦੇ ਵਿੱਚ ਜਿਹੜੇ ਲੋਕ ਬਲੈਕਲਿਸਟ ਹੋਏ ਸੀ 84 ਤੋਂ ਬਾਅਦ, ਉਹਨਾਂ ਦੀ ਗੱਲ ਕਰਕੇ, ਨਸ਼ਿਆਂ ਦੀ ਗੱਲ ਕਰਕੇ, ਪੰਜਾਬ ਦੇ ਹਰ ਤਰ੍ਹਾਂ ਦੀ ਤ੍ਰਾਸਦੀ ਦੀ ਗੱਲ ਕਰਦਾ ਹੋਇਆ ਇਹ ਗੀਤ ਜਿਹੜਾ ਪੇਸ਼ ਕੀਤਾ ਇਹਨਾਂ ਨੇ। ਕਈ ਵਾਰੀ ਤਾਂ ਸਾਡੇ ਦਰਸ਼ਕਾਂ ਨੂੰ ਲੱਗਦਾ ਸੀ ਕਿ ਇਹ ਹਥਿਆਰਾਂ ਵਾਲਾ ਗੀਤ ਹੈਗਾ, ਪਰ ਜੇ ਉਹਨੂੰ ਗੀਤ ਨੂੰ ਧਿਆਨ ਨਾਲ ਦੇਖੀਏ, ਆਵਾਜ਼ ਉੱਚੀ ਕਰਕੇ, ਤੋ ਹਥਿਆਰ ਜਿਹੜੇ ਉਸ ਗੀਤ ਦੇ ਵਿੱਚ ਚੱਕੇ ਗਏ ਨੇ ਉਹ ਚੰਗੇ ਕੰਮਾਂ ਲਈ ਚੱਕੇ ਗਏ ਨੇ। ਉਸ ਗੀਤ ਦੇ ਗਾਇਕ ਵਿਰਕ ਸਨੇਟੇ ਵਾਲਾ ਮੇਰੇ ਨਾਲ ਅੱਜ ਸਟੂਡੀਓ ਵਿੱਚ ਆਏ ਨੇ, ਇਹਨਾਂ ਨਾਲ ਥੋੜ੍ਹੀ ਦੇਰ ਵਾਸਤੇ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਸਿਲਸਿਲਾ ਸ਼ੁਰੂ ਕਰਾਂਗੇ। ਵਿਰਕ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਜੀ। ਕੀ ਹਾਲ ਚਾਲ ਜੀ? ਵਧੀਆ ਵਧੀਆ ਜੀ, ਠੀਕ ਠਾਕ। ਗੀਤ ਤੁਸੀਂ ਬੜਾ ਜੋਸ਼ ਕਰਕੇ ਕੱਢਿਆ, ਆਪ ਢਿੱਲੇ ਜੇ ਬੈਠੇ। ਨਹੀਂ ਜੀ, ਬਸ ਜਜ਼ਬਾਤੀ ਬੰਦਾ ਮੈਂ ਜੀ, ਜਜ਼ਬਾਤੀ ਜਿਹਾ ਮੇਰਾ ਗੀਤ ਹੈ। ਤੇ ਗੀਤ ਸੁਣ ਕੇ ਤਾਂ ਜੋਸ਼ ਆ ਜਾਂਦਾ ਜਿਹੜਾ ਬੰਦਾ ਗੀਤ ਸੁਣਦਾ ਹੈ। ਹਾਂਜੀ ਹਾਂਜੀ, ਬਲੈਕਲਿਸਟ ਨਾਮ ਹੀ ਤੁਸੀਂ ਉਹਦਾ ਇੱਦਾਂ ਰੱਖਿਆ। ਹਾਂਜੀ ਹਾਂਜੀ। ਤੇ ਅੱਛਾ, ਪਹਿਲਾਂ ਤਾਂ ਇਹ ਗੱਲ ਆ ਵੀ ਵੈਸੇ ਹਰਜਿੰਦਰ ਵਿਰਕ ਸੀ ਕਿਸੇ ਵੇਲੇ, ਹਾਂਜੀ ਹਾਂਜੀ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਵਿਰਕ, ਹਾਂਜੀ, ਫਿਰ ਜਿੰਦਰ ਵਿਰਕ ਬਣ ਗਿਆ, ਇਹ ਵਿਰਕ ਸਨੇਟੇ ਵਾਲਾ ਬਣ ਗਿਆ। ਹਾਂਜੀ, ਐਕਚੁਅਲੀ ਮੈਂ ਆਪਣੇ ਪਿੰਡ ਨਾਲ ਬਹੁਤ ਮੇਰਾ ਪਹਿਲਾਂ ਤੋਂ ਲਗਾ ਹੈ। ਮੇਰਾ ਉੱਥੇ ਇੰਡੀਆ 'ਚ ਮੇਰਾ ਵੈਸੇ ਵੀ ਕਾਲਜਾਂ ਕੁਲਜਾਂ 'ਚ ਨਾਂ ਹੁੰਦਾ ਸੀਗਾ ਜਿੰਦਰ ਸਨੇਟੇ ਦੇ ਨਾਂ ਤੋਂ। ਅੱਛਾ। ਅਤੇ ਸਨੇਟਾ ਮੇਰਾ ਇੱਦਾਂ ਹੀ ਰਹਿੰਦਾ ਸੀਗਾ ਨਾਮ ਦੇ ਪਿੱਛੇ, ਅਤੇ ਮੈਨੂੰ ਸੀਗਾ ਵੀ ਮੈਂ, ਮੇਰੇ ਨਾਮ ਦਾ ਕੋਈ ਐਡੀ ਹੈ ਨਹੀਂ ਗੱਲਬਾਤ, ਵੀ ਮੈਨੂੰ ਆਪਣਾ ਗੋਤ ਅਤੇ ਜਿਹੜਾ ਮੇਰਾ ਪਿੰਡ ਦਾ ਨਾਂ ਹੋਣਾ ਚਾਹੀਦਾ, ਮੈਂ ਫਿਰ ਵਿਰਕ ਸਨੇਟੇ ਵਾਲਾ ਪਾ ਤੇ ਜੀ। ਠੀਕ ਹੈ, ਸਨੇਟਾ ਹੁਣ ਤਾਂ ਮੋਹਾਲੀ ਦੇ ਵਿੱਚ ਹੀ ਆ ਗਿਆ। ਹਾਂਜੀ ਹਾਂਜੀ, ਮੋਹਾਲੀ ਦੇ ਵਿੱਚ। ਜ਼ਮੀਨ ਵਗੈਰਾ ਤੁਹਾਡੀ ਵੀ ਆਈ ਹੋਣੀ, ਇੱਕ ਵਾਰ ਹੋਣੀ, ਪੈਸਾ ਪੂਸਾ ਮਿਲਿਆ ਹੋਣਾ ਬਾਬਾ ਅਕਸਰ? ਨਹੀਂ, ਪੈਸਾ ਵੇਚੀ ਨਹੀਂ ਜੀ ਕਰਦੇ ਨੇ ਉਦੋਂ। ਅੱਛਾ। ਅਤੇ ਬਾਪੂ ਨੇ ਖੇਤੀ ਕਰਦੇ ਸੀਗੇ, ਕਹਿੰਦੇ ਸੀਗੇ ਵੀ ਉਰੇ ਤੋਂ ਬਾਹਰ ਜਾਊਂਗੇ ਵੀ ਖੇਤੀ ਕਰਨੀ ਔਖੀ ਹੋਊਗੀ, ਤੁਹਾਨੂੰ ਪਤਾ ਵੀ ਜੱਟਾਂ ਦਾ ਤਾਂ ਇੱਕ ਧੰਦਾ ਗਾ, ਪਹਿਲਾਂ ਦੁੱਧ ਪਾਉਂਦੇ ਸੀਗੇ ਚੰਡੀਗੜ੍ਹ, ਖੇਤੀ ਉਹਦੇ ਨਾਲ ਕਰਦੇ ਸੀਗੇ, ਹੁਣ ਇਕੱਲਾ ਖੇਤੀ 'ਤੇ ਨਿਰਭਰ ਹੈ ਜੀ। ਅੱਛਾ। ਅਤੇ ਉਸ ਕਰਕੇ ਘਰਦਿਆਂ ਨੇ ਵੇਚੀ ਨਹੀਂ ਜ਼ਮੀਨ, ਅਤੇ ਮਹਾਰਾਜ ਦੀ ਕਿਰਪਾ ਨਾਲ ਠੀਕ ਚੱਲ ਰਿਹਾ ਜੀ, ਬਾਪੂ ਨੇ ਇੱਥੇ ਭੇਜ ਦਿਆ ਅਤੇ ਹੁਣ ਲੋੜ ਵੀ ਨਹੀਂ ਹੈਗੀ ਸਾਨੂੰ। ਵਾਹ ਜੀ ਵਾਹ, ਚਲੋ। ਅਤੇ ਖੈਰ, ਆਪਾਂ ਖੇਤੀਬਾੜੀ ਦੀ ਗੱਲ ਜਿਹੜੀ ਉਹ ਅਲੱਗ, ਅਤੇ ਗੱਲ ਕਰੀਏ ਗੀਤ ਦੀ, ਬਲੈਕਲਿਸਟ ਗੀਤ ਤੁਸੀਂ ਕੱਢਿਆ। ਹਾਂਜੀ ਹਾਂਜੀ, ਠੀਕ ਹੈ। ਹਾਂਜੀ, ਉਹ ਪਹਿਲਾ ਗੀਤ ਹੈ ਤੁਹਾਡਾ? ਪਹਿਲਾ ਗੀਤ ਹੈ। ਹਾਂਜੀ, ਨਹੀਂ ਤਾਂ ਹਰ ਸਿੰਗਰ ਦੀ ਖੁਆਇਸ਼ ਇਹੀ ਹੁੰਦੀ ਹੈ ਕਿ ਮੇਰਾ ਪਹਿਲਾ ਗੀਤ ਮੈਂ ਇਹੋ ਜਿਹਾ ਕੱਢਾਂ, ਹਾਂਜੀ, ਅਤੇ ਉਹ ਲੋਕ ਸੁਪਰ ਡੁਪਰ ਹਿੱਟ ਹੋਵੇ, ਉਹਦੇ ਵੱਧ ਤੋਂ ਵੱਧ ਲਾਈਕਸ ਜਿਹੜੇ ਯੂਟਿਊਬ 'ਤੇ ਵਿਊਅਰਸ਼ਿਪ ਮਿਲੇ, ਉਹ ਗੀਤ ਕੱਢਦੇ ਨੇ, ਉਹਦੇ ਵਾਸਤੇ ਚਾਹੇ ਉਹ ਗੀਤ ਦਾ ਕੋਈ ਮਤਲਬ ਹੈ ਚਾਹੇ ਨਹੀਂ ਹੈ, ਆਮ ਸਿੰਗਰਾਂ ਦੀ ਇਹ ਸੋਚ ਹੁੰਦੀ ਹੈ। ਤੁਸੀਂ ਜਿਹੜਾ ਬਲੈਕਲਿਸਟ ਗੀਤ ਕੱਢਿਆ ਉਹਦੇ ਵਿੱਚ 84 ਤੋਂ ਲੈ ਕੇ ਹੁਣ ਤੱਕ ਦੀਆਂ ਤ੍ਰਾਸਦੀਆਂ, ਜਿਹੜੀ ਨਸ਼ਿਆਂ ਦੀ ਗੱਲਬਾਤ ਚੱਲਦੀ ਆ, ਉਹ ਵੀ ਉਹਦੇ 'ਚ ਜ਼ਿਕਰ ਕੀਤਾ ਤੁਸੀਂ। ਹਾਂਜੀ, ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਤੁਸੀਂ ਉਹਦੇ ਗਾਣੇ ਦੇ ਵਿੱਚ ਦਿਖਾਇਆ ਕਿ ਉਹਨਾਂ ਨੂੰ ਤੁਸੀਂ ਹਥਿਆਰਾਂ ਦੇ ਨਾਲ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਜਿਹੜਾ ਡਰੱਗ ਦਾ ਕੰਮ ਕਰ। ਫਿਰ ਇਹ ਬਲੈਕਲਿਸਟ ਗਾਣਾ ਇਹ ਕਿਉਂ ਦਿਮਾਗ ਦੇ ਵਿੱਚ ਆਇਆ ਵੀ ਮੈਨੂੰ ਇਸ ਤਰ੍ਹਾਂ ਦਾ ਗੀਤ ਕਰਨਾ ਚਾਹੀਦਾ, ਨਾ ਕਿ ਦੂਜਾ ਕਮਰਸ਼ਲਾਈਜ਼ ਮੁੰਡੇ ਕੁੜੀਆਂ ਵਾਲਾ ਜੇ ਉਹ ਲੱਖ 28 ਤੋਂ 28 ਤੋਂ, ਅਤੇ ਇਹ ਕਿਉਂ ਇਹ ਦਿਮਾਗ 'ਚ ਆਇਆ? ਅਸਲ 'ਚ ਮੈਨੂੰ ਮੇਰੇ ਬਾਪੂ ਤੋਂ ਜਿਹੜਾ ਮੈਂ ਅੱਜ ਤੱਕ ਸਿੱਖਿਆ, ਜੋ ਉਹਨਾਂ ਨੇ ਮੈਨੂੰ ਅੱਜ ਤੱਕ ਦੱਸਿਆ ਵੀ ਇੱਦਾਂ ਵੀ ਆਪਣੇ ਪੰਜਾਬ ਦੇ ਵਿੱਚ ਜੇ ਕੋਈ ਜ਼ਿਆਦਾ ਆਪਣੀ ਕੌਮ ਲਈ ਸੋਚਦਾ, ਹੁਣ ਇਹ ਤਾਂ ਭਗਤ ਸਿੰਘ ਨੂੰ ਵੀ ਖਾੜਕੂ ਕਹਿੰਦੇ ਆ ਕਈ ਉਹਨਾਂ ਦੇ ਵਿੱਚ, ਹੈ ਨਾ, ਭਾਸ਼ਾ ਦੇ ਵਿੱਚ, ਜਦਕਿ ਉਹਦੇ ਕਰਕੇ ਦੇਸ਼ ਆਜ਼ਾਦ ਹੋਇਆ, ਸਾਰੀ ਦੁਨੀਆ ਜਾਣਦੀ ਹੈ, ਹੈ ਨਾ ਜੀ। ਅਤੇ ਇੱਦਾਂ ਉਦੋਂ ਜੇ ਕੋਈ ਆਵਾਜ਼ ਚੱਕਦਾ ਸੀਗਾ ਵੀ ਮਾੜਾ ਹੋ ਰਿਹਾ ਹੈਗਾ ਕਿਸਾਨਾਂ ਨਾਲ, ਮਾੜਾ ਹੋ ਰਿਹਾ, ਅੱਜ ਵੀ ਹੋ ਰਿਹਾ ਜੀ, ਕੰਟੀਨਿਊ ਚੱਲਦਾ, ਮੈਨੂੰ ਲੱਗਦਾ ਚੱਲਦਾ ਹੀ ਰਹੂਗਾ, ਕਿਉਂਕਿ ਸਰਕਾਰਾਂ ਆਪਣੀਆਂ ਮਾੜੀਆਂ ਹੈਗੀਆਂ।
ਅਤੇ ਉਹਨਾਂ 'ਤੇ ਮੈਨੂੰ ਮੇਰਾ ਡੈਡੀ ਦੱਸਦਾ ਸੀਗਾ ਵੀ ਇੱਦਾਂ ਵੀ ਜਿਹੜੇ ਤਾਂ ਉਰੇ ਸੀਗੇ ਉਹਨਾਂ ਨੂੰ ਮਾਰਤਿਆ ਸੀਗਾ, ਜਿਹੜੇ ਵਿਚਾਰੇ ਬੋਲਦੇ ਸੀਗੇ ਅਤੇ ਆਪਣੇ ਬਾਹਰ ਨੂੰ ਲੰਘ ਗਏ ਉਹਨਾਂ ਨੂੰ ਬਲੈਕਲਿਸਟ ਕਰਤਿਆ ਤਾਂ ਕਿ ਉਹ ਦੁਬਾਰੇ ਆਪਣੀ ਕੰਟਰੀ 'ਚ ਵੜ ਨਾ ਸਕਣ। ਤੁਸੀਂ ਸੋਚੋ ਵੀ ਉਹਨਾਂ ਦਾ ਦਰਦ ਕੀ ਹੋਊਗਾ ਜਿੱਥੇ ਜੰਮੇ ਪਲੇ, ਜਿੱਥੇ ਉਹਨਾਂ ਦਾ ਬਚਪਨ ਬੀਤਿਆ, ਅਤੇ ਉਹਨਾਂ ਨੂੰ ਉਹ ਤੋਂ ਵਾਂਝੇ ਕਰਤਾ ਸਰਕਾਰਾਂ ਨੇ। ਬਹੁਤ ਵੱਡੀ ਤ੍ਰਾਸਦੀ ਸਾਡੇ ਪੰਜਾਬ ਦੀ ਰਹੀ ਹੈ। ਸਾਡੇ ਦਰਸ਼ਕਾਂ ਨੂੰ ਘਰਾਂ ਵਿੱਚ ਬੈਠਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਏਗਾ ਕਿ ਉਸ ਦੌਰ ਦੇ ਵਿੱਚ ਬਹੁਤ ਸਾਰੇ ਜਿਹੜੇ ਨਹੀਂ ਵੀ ਸੀਗੇ ਗਰਮ ਖਿਆਲੀਏ ਜਾਂ ਨਹੀਂ ਵੀ ਖਾੜਕੂ ਸੀਗੇ, ਉਹ ਵੀ ਪੰਜਾਬ ਦੇ ਉੱਤੋਂ ਤੰਗ ਹੋਏ ਸਿਸਟਮ ਤੋਂ, ਦੁਖੀ ਹੋਏ, ਬਾਹਰਲੇ ਮੁਲਕਾਂ 'ਚ ਆ ਗਏ ਅਤੇ ਸਰਕਾਰਾਂ ਨੇ ਉਹ ਬਲੈਕਲਿਸਟ ਕਰਤੇ। ਬਲੈਕਲਿਸਟ ਕਰ, ਸੋ ਤੁਸੀਂ ਉਹ ਮਦਦ ਨਜ਼ਰ ਰੱਖ ਕੇ। ਹਾਂਜੀ, ਐਕਚੁਲੀ ਇਹ ਗਾਣਾ ਮੈਂ ਆਪ ਲਿਖਿਆ ਜੀ। ਅੱਛਾ। ਅਤੇ ਇਹ ਗਾਣਾ ਜਦੋਂ ਮੈਂ ਲਿਖ ਰਿਹਾ ਸੀਗਾ ਮੇਰੇ, ਮੈਂ ਇਹ ਗਾਣਾ ਜਦੋਂ ਹੁਣ ਬਣ ਗਿਆ, ਹੁਣ ਤਾਂ ਬੜਾ ਐਕਸ਼ਨ ਲੱਗਦਾ ਉਹ ਗਾਣਾ, ਪਰ ਜਦੋਂ ਮੈਂ ਲਿਖਿਆ ਸੀਗਾ ਮੈਂ ਬੜਾ ਜਜ਼ਬਾਤੀ ਸੀਗਾ ਉਸ ਟਾਈਮ। ਉਹਦੇ ਉਹ ਮੈਨੂੰ ਹਰ ਇੱਕ ਦਰਦ ਦਿਖ ਰਿਹਾ ਸੀਗਾ। ਇਹ ਗਾਣੇ ਵਿੱਚ ਇੱਕ ਟੋਪਿਕ ਨਹੀਂ ਹੈਗਾ, ਬਲੈਕਲਿਸਟ ਇੱਕ ਟੋਪਿਕ ਹੈਗਾ ਅਤੇ ਸੂਰਮੇ ਇੱਕ ਟੋਪਿਕ ਹੈਗਾ ਵੀ ਬਲੈਕਲਿਸਟ ਹੋ ਕੇ ਵੀ ਕਈ ਵਾਰ ਉਹ ਹੋ ਜਾਂਦਾ ਹੈ ਨਾ, ਪਰ ਸੂਰਮੇ ਜਿਹੜੇ ਉਹੀ ਬਲੈਕਲਿਸਟ ਹੁੰਦੇ ਆ ਉਹ ਦੱਸਿਆ ਗਿਆ ਇਹਦੇ ਵਿੱਚ। ਬਲੈਕਲਿਸਟ ਹੀ ਉਹ ਵੀ ਕਹਿ ਦਿੰਦੇ ਆਪਾਂ ਜੇ ਬੈਂਕ ਹੋ ਜਾਂਦਾ ਵੀ ਜਿੱਦਾਂ ਲੋਨ ਲੂਨ ਚੱਕ ਕੇ ਜਿਹੜੇ ਬਹੁਤਾ ਉਹ ਹੋ ਜਾਂਦੇ ਉਹਨੂੰ ਵੀ ਬਲੈਕਲਿਸਟ ਕਿਹਾ, ਪਰ ਇਹ ਬਲੈਕਲਿਸਟ ਸੂਰਮਿਆਂ ਲਈ ਵਰਤਿਆ ਗਿਆ। ਅਤੇ ਇਹਦਾ ਮਤਲਬ ਖਿਆਲ ਜਿਹੜੀ ਤੁਹਾਨੂੰ ਦੱਸਿਆ ਡੈਡੀ ਨੇ ਉਹਦਾ ਕਰਕੇ ਤੁਹਾਨੂੰ ਇਹ ਲੱਗਿਆ ਵੀ ਮੈਨੂੰ ਇਸ ਤਰ੍ਹਾਂ ਦਾ ਗਾਣਾ ਕਰਨਾ? ਹਾਂਜੀ, ਇੱਦਾਂ ਦਾ ਗਾਣਾ ਕਰਨਾ ਚਾਹੀਦਾ। ਅਤੇ ਹੁਣ ਜਿਹੜਾ ਚੱਲ ਰਿਹਾ ਵੀ ਤੁਹਾਨੂੰ ਪਤਾ ਆਪਣੇ ਮੁੰਡੇ ਉੱਥੇ ਪੰਜਾਬ 'ਚ ਚਿੱਟਾ ਪੀ ਪੀ ਕੇ ਮਰ ਰਹੇ ਹਨ। ਸਾਰੇ ਮੁੰਡਿਆਂ ਦੀ ਉਮਰ 18 ਸਾਲ, 22 ਸਾਲ, 20 ਸਾਲ ਇੰਨੀ ਕੁ ਉਮਰ ਹੈਗੀ। ਇਹੋ ਜਿਹੀ ਉਮਰ 'ਚ ਤਾਂ ਵੈਸੇ ਹੀ ਬਿਮਾਰ ਨਹੀਂ ਹੁੰਦਾ ਬੰਦਾ, ਅਤੇ ਤੁਸੀਂ ਸੋਚੋ ਵੀ ਕਿਹੋ ਜਿਹੀ ਜ਼ਹਿਰ ਹੈਗੀ ਵੀ ਉਹ ਫਲਾਤੀ ਨਸਾਂ ਦੇ ਵਿੱਚ ਪਾ ਰਹੇ ਆ ਮੁੰਡੇ। ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਦੁਬਾਰੇ ਟੀਕਾ ਕੱਢ ਵੀ ਨਹੀਂ ਹੋਣਾ, ਮੈਂ ਸ਼ਾਇਦ ਮਰ ਜਾਣਾ। ਉਹਨਾਂ ਦਾ ਦਰਦ ਦੇਖਿਆ ਨਹੀਂ ਜਾਂਦਾ। ਜਦੋਂ ਆਪਾਂ ਫੇਸਬੁੱਕ 'ਤੇ ਅਕਸਰ ਉਹਨਾਂ ਦੀਆਂ ਵੀਡੀਓ ਦੇਖਦੇ ਹਾਂ ਤਾਂ ਅੱਖਾਂ 'ਚੋਂ ਪਾਣੀ ਆ ਜਾਂਦਾ, ਮਾਂ ਬਾਪ ਨੂੰ ਰੋਂਦਿਆਂ ਦੇਖਦੇ ਹਾਂ। ਅਤੇ ਉਹ ਚੀਜ਼ਾਂ ਨੂੰ ਮੈਂ ਪਹਿਲਾਂ ਤੋਂ ਲਿਖਿਆ, ਮੈਂ ਇੱਕ ਸਾਲ ਪਹਿਲਾਂ ਸੀਗਾ ਗਾਣਾ ਇਹ, ਅਤੇ ਉਹ ਚੀਜ਼ਾਂ ਮੈਂ ਵਾਚ ਕਰਦਾ ਆ ਰਿਹਾ ਸੀਗਾ। ਉਹਦੇ ਵਿੱਚ ਹੁਣ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਹੈ ਨਾ ਜੀ, ਜਿੱਦਾਂ ਨਸ਼ੇ ਦਾ ਵੀ ਆ ਜਾਂਦਾ, ਜੱਟਾਂ ਦਾ, ਜ਼ਿਮੀਂਦਾਰਾਂ ਦਾ, ਜੋ ਆਪਣਾ ਜ਼ਿਮੀਂਦਾਰ 6 ਮਹੀਨੇ ਕੰਮ ਕਰਕੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਉਹ ਆਪਣੀ ਫਸਲ ਨੂੰ ਪਗਾਉਂਦਾ ਗਾ ਵੀ ਵਧੀਆ ਉਹਦੀ ਪਰਵਰਿਸ਼ ਕਰਦਾ ਗਾ, ਫਿਰ ਜਾ ਕੇ ਕਿਤੇ ਉਹਨੂੰ ਉਹ ਫਸਲ ਮਿਲਦੀ ਹੈਗੀ 6 ਮਹੀਨੇ ਬਾਅਦ ਉਹਦੇ ਘਰ ਆਉਂਦੀ, ਅਤੇ ਫਸਲ ਜਦੋਂ ਵੇਚਣ ਜਾਂਦਾ ਅਤੇ ਮੁੱਲ ਲਾਨੇ ਲਾ ਲਏ। ਤੁਸੀਂ ਸੋਚੋ ਵੀ ਤੁਹਾਡਾ ਵੀ ਸਭ ਕੁਛ ਕਰਿਆ ਵਾ, ਤੁਹਾਡਾ ਸਭ ਕੁਛ ਤੁਸੀਂ ਕਰਿਆ ਗਾ ਅਤੇ ਮੁੱਲ ਕਿਸੇ ਹੋਰ ਨੇ ਲਾਉਣਾ, ਪਹਿਲਾਂ ਉਹ ਵੀ ਆਪਣੀ ਮਰਜ਼ੀ। ਬਹੁਤ ਬਹੁਤ ਸ਼ੁਭਕਾਮਨਾਵਾਂ, ਤੁਸੀਂ ਇਹੋ ਜਿਹਾ ਕੰਮ ਕੀਤਾ, ਤੁਸੀਂ ਵਧਾਈ ਦੇ ਪਾਤਰ, ਚਲੋ ਅਸੀਂ ਕਹਿ ਸਕਦੇ ਲਫ਼ਜ਼ ਦੇ ਵਰਤ ਸਕਦੇ ਹਾਂ, ਅਦਰਵਾਈਜ਼ ਜਿਹੜੀ ਤ੍ਰਾਸਦੀ ਆ ਉਹਦੇ ਮੁਤਾਬਕ ਤੁਸੀਂ ਕੀ ਕੋਸ਼ਿਸ਼ ਕੀਤੀ ਹੈ। ਹਾਂਜੀ, ਔਰ ਇਹਦੇ 'ਤੇ ਪੈਸਾ ਵੀ, ਕਿਉਂਕਿ ਪਹਿਲਾਂ ਤੁਹਾਡਾ ਗੀਤ ਸੀ, ਪੈਸਾ ਵੀ ਕਾਫੀ ਲੋਕਾਂ ਨੇ ਲੈ ਲਿਆ ਹੋਣਾ, ਜਿਹਦੇ ਕੋਲ ਸਲਾਹ ਲਈ ਹੋਣੀ ਉਹਨੇ ਪੈਸਾ ਲੈ ਲਿਆ ਹੋਣਾ। ਚਲੋ ਅਸੀਂ ਉਹਦੇ ਵੱਲ ਅਸੀਂ ਬਾਅਦ ਚੱਲਦੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਮਾਹੌਲ ਹੀ ਹੈ। ਮੈਂ ਚਾਹਾਂਗਾ ਵੈਸੇ ਸਾਡੇ ਦਰਸ਼ਕ ਘਰਾਂ ਵਿੱਚ ਜਿਹੜੇ ਬੈਠੇ ਨੇ, ਸਾਡੇ ਟੀਵੀ ਚੈਨਲਾਂ ਦੇ ਸਾਰਿਆਂ ਦੇ ਉੱਪਰ ਇਹ ਗਾਣਾ ਤੁਹਾਡਾ ਦੇਖ ਰਹੇ ਨੇ। ਹਾਂਜੀ ਹਾਂਜੀ, ਬਹੁਤ ਗਾਣਾ ਦੇਖ ਰਹੇ, ਪ੍ਰੋਮੋ ਵੀ ਚੱਲਦਾ। ਸਪੈਸ਼ਲੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮੈਂ ਤੁਹਾਡਾ ਸੱਚੀ ਬਹੁਤ ਦਿਲੋਂ ਧੰਨਵਾਦੀ ਹਾਂ ਵੀ ਤੁਸੀਂ ਆਪਣੇ 3 ਚੈਨਲਾਂ 'ਤੇ ਗਾਣਾ ਚਲਾਇਆ, ਵੀ ਕਿਤੇ ਵੀ ਗਾਣਾ ਨਹੀਂ ਚੱਲਿਆ ਸੀਗਾ ਵੀ ਤੁਹਾਡਾ ਵੀ ਬਿਨਾਂ ਤੁਸੀਂ ਪੈਸਾ ਲਏ ਤੋਂ ਇਹ ਸਾਡਾ ਗਾਣਾ ਚਲਾਇਆ, ਕਿਉਂਕਿ ਤੁਸੀਂ ਹਾਲਾਤਾਂ ਨੂੰ ਸਮਝਦੇ ਹੋ। ਕਿਉਂਕਿ ਇੰਡੀਆ ਦੇ ਵਿੱਚ ਸਿਸਟਮ ਇਹ ਹੈ, ਕਿਉਂਕਿ ਸਰਕਾਰਾਂ ਉੱਥੇ ਹੋਰ ਤਰ੍ਹਾਂ ਦਾ ਮਾਹੌਲ ਹੈਗਾ, ਉੱਥੇ ਮੇਰੇ ਖਿਆਲ ਤੁਹਾਡਾ ਗਾਣਾ ਉਹਨਾਂ ਨੇ ਚਲਾਇਆ ਨਹੀਂ ਕਿ ਇਹਦੇ 'ਚ ਰਫਲਾਂ ਵਗੈਰਾ ਹੈਗੀਆਂ, ਰਫਲਾਂ, ਪਰ ਇਹ ਨਹੀਂ ਦੇਖਿਆ ਕਿ ਰਫਲਾਂ ਕਾਹਦੇ ਵਾਸਤੇ। ਹਾਂਜੀ ਹਾਂਜੀ, ਇਹ ਨਹੀਂ ਉਹਨਾਂ ਨੇ ਦੇਖਿਆ ਵੀ ਇੱਕ ਡਰੱਗ ਜਿਹੜਾ ਮਾਫੀਆ ਸੀਗਾ ਮੇਨ ਮਾਰਨ ਵਾਸਤੇ, ਹਾਂਜੀ, ਉਹਨੂੰ ਲੱਭ ਰਹੇ ਆ ਉਹ ਆਪਣੇ ਯੂਥ ਨੂੰ ਬਚਾਉਣ ਲਈ, 100 ਬੰਦੇ ਨੂੰ ਬਚਾਉਣ ਲਈ ਉਹ ਇੱਕ ਮਾਫੀਆ ਨੂੰ ਖਤਮ ਕਰਨਾ ਚਾਹੁੰਦੇ, ਜੋ ਕਿ ਇੱਕ ਪੁਲਿਸ ਕਰਦੀ ਹੈ। ਇੱਦਾਂ ਜੇ ਵਿਰਕ ਸਾਹਿਬ ਆਹੀ ਕੰਮ ਸਰਕਾਰਾਂ ਕਰਨ ਲੱਗ ਜਾਣ ਤਾਂ ਸਾਡਾ ਪੰਜਾਬ ਕਿਤੇ ਦੀ ਕਿਤੇ ਪਹੁੰਚ ਜਾਵੇ। ਸਰਕਾਰਾਂ ਦੇ ਰੋਲ ਤਾਂ ਹੁਣ ਜ਼ਿਆਦਾਤਰ ਨੈਗੇਟਿਵ ਹੀ ਦੇਖ ਸਕਦੇ ਹੋ ਤੁਸੀਂ, ਕਿਉਂਕਿ ਫਸਲਾਂ ਦੇ ਮੁੱਲਾਂ ਤੋਂ ਲਾ ਲਓ, ਜ਼ਿਮੀਂਦਾਰਾਂ ਦਾ ਲਾ ਲਓ, ਪੜ੍ਹਾਈ ਦਾ ਲਾ ਲਓ, ਨਸ਼ੇ ਦੇਖ ਲਓ, ਐਡੇ ਬਾਰਡਰ ਟੱਪ ਕੇ ਨਸ਼ੇ ਲੋਕਾਂ ਦੇ ਘਰੇ ਮਿਲਦੇ ਆ, ਆਉਂਦੇ ਨੇ, ਮਿਲੀ ਪੁੱਤ ਹੈਗੀ ਸਾਰੀ। ਹਾਂਜੀ ਹਾਂਜੀ। ਅੱਛਾ, ਇਹ ਗਾਣਾ ਜ਼ਰੂਰ ਸਾਡੇ ਦਰਸ਼ਕਾਂ ਨੂੰ ਪਹਿਲਾਂ ਸੁਣਾਓ ਅਤੇ ਫਿਰ ਆਪਾਂ ਅਗਲੀ ਗੱਲਬਾਤ ਕਰਦੇ ਹਾਂ। ਹਾਂਜੀ, ਮੈਂ ਇਹਦੇ ਗਾਣੇ ਦੇ ਦੋ ਬੋਲ ਸੁਣਾਦਾ ਤੁਹਾਨੂੰ। ਜੱਟ ਖਾ ਲਿਆ ਏ ਕਰਜ਼ੇ ਨੇ ਮਿੱਤਰ ਉਹ, ਮੁੰਡਾ ਖਾ ਲਿਆ ਏ ਕਾਲੇ ਅਤੇ ਚਿੱਟੇ ਨੇ, ਝੂਠ ਲੱਗਦੀ ਜੇ ਗੱਲ ਤੁਹਾਨੂੰ ਲੀਡਰ ਉਹ, ਜਾ ਕੇ ਪੁੱਛ ਲਓ ਜਿਨ੍ਹਾਂ ਨੇ ਪੁੱਤ ਪਿੱਟੇ ਨੇ, ਹੋਇਆ ਨੇ ਦਾਤੇ ਦੇ ਘਰ ਹੀ ਪੈ ਗਿਆ। ਮਿੱਤਰੋ ਸਵਾਲ ਅੱਜ ਭੁੱਖ ਦਾ, ਬਲੈਕ ਲਿਸਟ ਹੁੰਦੇ ਸੂਰਮੇ ਕਾਵਾਂ ਗਿੱਦੜਾਂ ਨੂੰ ਕੌਣ ਹੀ ਪੁੱਛਦਾ, ਧਰਮ ਲਈ ਖੜਦੇ ਬੱਬਰ ਨੇ ਬਣ ਜੇ ਸਵਾਲ ਜਦੋਂ ਮੁੱਛਦਾ, ਬਲੈਕ ਲਿਸਟ ਹੁੰਦੇ ਸੂਰਮੇ। ਵਾਹ ਜੀ ਵਾਹ, ਬਸ ਵਧੀਆ ਤੁਸੀਂ ਕਰ ਕੋਸ਼ਿਸ਼ ਕੀਤੀ ਹੈ। ਤੇ ਜੇ ਗਾਇਕੀ ਦੀ ਗੱਲ ਕਰੀਏ, ਪਰਿਵਾਰ ਦੇ ਵਿੱਚੋਂ ਵੀ ਇਸ ਲਾਈਨ 'ਚ ਕੋਈ ਸੀਗਾ ਗਾਇਕੀ ਦੀ? ਨਹੀਂ ਜੀ, ਸਾਡੇ ਪਰਿਵਾਰ 'ਚ ਤਾਂ ਜ਼ਿਮੀਂਦਾਰੀ ਆ ਪਹਿਲਾਂ ਤੋਂ ਜੀ, ਅੱਗੇ ਵੀ ਜ਼ਿਮੀਂਦਾਰੀ ਆ, ਬਾਕੀ ਇਹ ਮੇਰਾ ਬਚਪਨ ਤੋਂ ਸ਼ੌਂਕ ਸੀਗਾ ਇੱਕ। ਅੱਛਾ,
ਪਰ ਮੈਨੂੰ ਪਤਾ ਵੀ ਮੇਰੇ ਇਸ ਗਾਣੇ ਦੇ ਵਿੱਚ ਸੁਰਾਂ ਦੀ ਕਮੀ ਹੋ ਸਕਦੀ, ਮੇਰੀ ਆਵਾਜ਼ ਦੀ ਕਮੀ ਹੋ ਸਕਦੀ ਹੈ। ਅੱਛਾ, ਹਾਂਜੀ, ਮੈਂ ਸੀਰੀਅਸਲੀ ਹਾਂਜੀ ਇਹੀ ਸਵਾਲ ਪੁੱਛਣ ਵਾਲਾ ਸੀ ਵੀ ਕੀ ਤੁਹਾਨੂੰ ਲੱਗਦਾ ਕਿ ਗਾਇਕੀ ਦੇ ਤੌਰ, ਗਾਣਾ ਬਹੁਤ ਵਧੀਆ, ਤੁਹਾਡਾ ਸੁਨੇਹਾ ਬਹੁਤ ਵਧੀਆ, ਕੀ ਤੁਹਾਨੂੰ ਲੱਗਦਾ ਕਿ ਤੁਸੀਂ ਆਵਾਜ਼ ਦੇ ਵਿੱਚ ਵੀ ਇਹਦੇ ਨਾਲ ਜ਼ਿਆਦਾ ਇਨਸਾਫ ਕੀਤਾ? ਤੁਸੀਂ ਆਪ ਹੀ ਦੱਸਤਾ ਵਿੱਚ ਕਿਤੇ ਨਾ ਕਿਤੇ ਰਿਆਜ਼ ਦੀ ਕਮੀ ਲੱਗਦੀ ਹੈ। ਹਾਂਜੀ ਹਾਂਜੀ ਹਾਂਜੀ, ਅਤੇ ਮੇਨ ਗੱਲ ਹੈ ਵੀ ਆਵਾਜ਼ ਦੀ ਕਮੀ ਹੋ ਸਕਦੀ ਹੈ, ਵੀ ਮੇਰਾ ਜਿਹੜਾ ਜਜ਼ਬਾਤ ਸੀਗਾ ਅਸਲ 'ਚ ਮੈਂ ਇਹ ਜਜ਼ਬਾਤ ਰੱਖਿਆ ਲੋਕਾਂ ਅੱਗੇ। ਜਜ਼ਬਾਤ ਦੇਖੋ ਜੀ, ਆਵਾਜ਼ ਜਿਹੜੀ ਹੈ ਉਹ ਜਜ਼ਬਾਤਾਂ ਅੱਗੇ ਕੁਛ ਵੀ ਨਹੀਂ ਹੈਗੀ। ਹਾਂਜੀ ਹਾਂਜੀ, ਤੁਹਾਡੇ ਜਜ਼ਬਾਤ ਸਾਡੇ ਪੰਜਾਬੀਆਂ ਨੇ ਪਸੰਦ ਕੀਤੇ ਨੇ, ਅਤੇ ਫਿਰ ਉਹਦਾ ਸਿਖਲਾਈ ਵਗੈਰਾ ਸੰਗੀਤ ਦੀ ਕਿਤੇ ਚੱਲਦੀ ਹੈ ਜਾਂ ਸ਼ੁਰੂ ਕਰਦੀ ਹੈ ਜਾਂ? ਮੇਰੀ ਅਸਲ 'ਚ ਤਾਂ ਮੈਨੂੰ ਇੱਕ ਤਾਂ ਮੈਂ ਉਰੇ ਗੁਰੂ ਘਰ 'ਚ ਬਾਬਾ ਜੀ ਤੋਂ ਸਿੱਖਦਾ ਸੀਗਾ, ਅਤੇ ਸ਼ੈਰੀ ਬਾਈ ਸ਼ੈਰੀਮਾਨ ਉਹਦਾ ਮੈਂ ਬਹੁਤ ਧੰਨਵਾਦੀ ਹਾਂ ਬਾਈ ਦਾ, ਜਿਹਦੇ ਕਰਕੇ ਮੈਂ ਅੱਜ ਇੱਥੇ ਬੈਠਿਆ ਜੀ, ਜਿਹਦੇ ਕਰਕੇ 13 ਲੱਖ ਲੋਕਾਂ ਤੱਕ ਮੇਰਾ ਗਾਣਾ ਪਹੁੰਚਿਆ ਜੀ। ਉਹਨਾਂ ਨੇ ਇੰਨੀ ਸਪੋਰਟ ਕਰੀ ਹੈ ਸ਼ੈਰੀ ਬਾਈ ਨੇ, ਕਿ ਮੈਨੂੰ ਪਹਿਲੇ ਦਿਨ ਤੋਂ ਉਹਨੇ ਬੀਟ 'ਚ ਗਾਣਾ ਵੀ ਕਿੱਦਾਂ, ਚਲੋ ਤੇਰਾ ਡ੍ਰੀਮ ਹੈ ਤੂੰ ਲਿਖਦਾ ਵਧੀਆ ਤੂੰ ਗਾ ਲੇਗਾ, ਮੈਨੂੰ ਉਹਨੇ ਪ੍ਰੈਸ਼ਰ ਕਰ ਕਰਕੇ ਉਹਨੇ ਕਿਹਾ ਵੀ ਇੱਦਾਂ ਗਾ ਇੱਦਾਂ ਗਾ। ਮੈਂ ਉਹਨੂੰ ਸ਼ੈਰੀ ਬਾਈ ਉਹਨਾਂ ਨੂੰ ਮੈਂ 4 ਗਾਣੇ ਦਿੱਤੇ ਸੀਗੇ ਵੀ ਇੱਦਾਂ ਕਿਹੜਾ ਕਰਾਂ, ਉਹਨਾਂ ਨੇ 3 ਗਾਣੇ ਨੂੰ ਸੈਡ ਕਰਕੇ ਉਹਨੇ ਕਿਹਾ ਵੀ ਇਹ ਕਰ ਗਾਣਾ, ਇਹ ਪੰਜਾਬ ਦੇ ਹਾਲਾਤਾਂ 'ਤੇ ਆਪਣੇ ਯੂਥ ਜਿਹੜਾ ਗਲਤ ਪਾਸੇ ਜਾ ਰਿਹਾ ਥੋੜ੍ਹਾ ਉਹਨੂੰ ਠੱਲ ਪਊਗੀ ਵੀ ਚੰਗੇ ਪਾਸੇ ਜਾਊਗਾ। ਅਤੇ ਸ਼ੈਰੀ ਹੁਣ ਨਾਲ ਕਿਵੇਂ ਸੁਭਾਅ ਬਣਿਆ ਮਿਲਣ ਦਾ, ਕੋਈ ਪਹਿਲਾਂ ਜਾਣਦੇ ਪੰਜਾਬ? ਹਾਂਜੀ, ਸ਼ੈਰੀ ਐਕਚੁਅਲੀ ਮੇਰਾ ਪਹਿਲਾਂ ਤੋਂ ਹੀ ਫਰੈਂਡ ਹੈਗਾ, ਜਿੱਦਾਂ ਜਦੋਂ ਗਾਇਕੀ ਦੇ ਉਹਦੇ ਵਿੱਚ ਆਇਆ ਨਹੀਂ ਸੀਗਾ ਉਦੋਂ ਉਹਨਾਂ ਦੀ ਕੁੜੀਆਂ 'ਤੇ ਬੱਸਾਂ ਇੱਦਾਂ ਜਿਹੜੀ ਆਇਆ ਸੀਗਾ ਸੋਸ਼ਲ ਮੀਡੀਆ 'ਤੇ, ਹੈ ਨਾ, ਅਤੇ ਉਦੋਂ ਤੋਂ ਹੀ ਸਾਡੀ ਯਾਰੀ ਸੀਗੀ, ਅਸੀਂ ਜਿੰਮ 'ਚ ਇਕੱਠੇ ਕਰਕੇ ਕਿ ਬੱਸਾਂ ਕਰਕੇ? ਨਹੀਂ ਉਹ ਨਹੀਂ, ਚਲੋ ਉਹ ਤਾਂ ਸ਼ੁਗਲ ਦੀਆਂ ਗੱਲਾਂ, ਹਾਂਜੀ ਉਹ ਤਾਂ ਉਹਨਾਂ ਦੇ ਜਜ਼ਬਾਤ ਦੇ ਗਾਣੇ ਉਹਨਾਂ ਨੇ ਗਾਏ ਜਾਣਾ, ਅਤੇ ਅਸੀਂ ਇੱਦਾਂ ਹੀ ਜਿੰਮ 'ਚ ਉਹਦਾ ਸੁਭਾਅ ਮੇਰੇ ਨਾਲ ਬੜਾ ਮਿਲਦਾ ਸੀਗਾ, ਕਿਉਂਕਿ ਉਹ ਬੜੇ ਠੰਡੇ ਜਿਹੇ ਸੁਭਾਅ ਦਾ ਬੰਦਾ ਹੈ ਅਤੇ ਬੜੇ ਨਿੱਘੇ ਸੁਭਾਅ ਦਾ ਬੰਦਾ, ਬਸ ਇੱਦਾਂ ਹੀ ਸਾਡੀ ਜਿਹੜੀ ਮੁਲਾਕਾਤ ਹੁੰਦੀ ਰਹੀ, ਯਾਰੀ ਦੋਸਤੀ ਬਣਦੀ ਰਹੀ, ਅਸੀਂ ਇੱਕੋ ਮੋਟਰਸਾਈਕਲ 'ਤੇ ਜਾਣਾ ਜੀ, ਅਸੀਂ ਜਿੰਮ ਜਾਂਦੇ ਸੀਗੇ, ਅਤੇ ਉਦੋਂ ਤੋਂ ਬਾਈ ਨੂੰ ਮੈਂ ਦੱਸਦਾ ਸੀਗਾ ਵੀ ਮੈਨੂੰ ਵੀ ਗਾਣ ਦਾ ਹੈਗਾ ਗਾ, ਅਤੇ ਬਾਈ ਮੈਨੂੰ ਗਾਣੇ ਸੁਣਾਇਆ ਕਰਦਾ ਸੀਗਾ ਜੀ। ਚਲੋ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਬਾਅਦ 'ਚ ਕਰਾਂਗੇ, ਬ੍ਰੇਕ ਲੈਣੀ ਪਏਗੀ ਇੱਕ ਵਜੇ ਸਾਨੂੰ, ਅਤੇ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਦੱਸ ਦੇਵਾਂ ਇਸ ਸੈਗਮੈਂਟ ਤੋਂ ਬਾਅਦ, ਇਸ ਸੈਗਮੈਂਟ ਤੱਕ ਵਿਰਕ ਸਨੇਟੇ ਵਾਲਾ ਜਿਹੜਾ ਮੇਰੇ ਨਾਲ ਰਹਿਣਗੇ, ਗੱਲਾਂ ਬਾਤਾਂ ਕਰਨਗੇ, ਗੀਤ ਸੰਗੀਤ ਦੀ ਗੱਲ ਕਰਨਗੇ, ਅਤੇ ਇਸ ਸੈਗਮੈਂਟ ਤੋਂ ਬਾਅਦ ਅਗਲੀ ਬ੍ਰੇਕ ਤੋਂ ਤੁਹਾਡੀਆਂ ਕਾਲਾਂ, ਜਿਵੇਂ ਅਕਸਰ ਇਹ ਹੁੰਦਾ ਕਿ ਪਹਿਲੇ ਅੱਧੇ ਘੰਟੇ ਤੋਂ ਬਾਅਦ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰੀ ਦੀਆਂ, ਅਗਲੀ ਬ੍ਰੇਕ ਤੋਂ ਬਕਾਇਦਾ ਤੁਹਾਡੀਆਂ ਕਾਲਾਂ ਲਵਾਂਗੇ, ਬਕਾਇਦਾ ਆਪਾਂ ਵਿਸ਼ਾ ਰੱਖਾਂਗੇ, ਤੁਸੀਂ ਕੋਈ ਵੀ ਆਪਣਾ ਸੁਝਾਅ ਜਿਹੜਾ ਕਰਨਾ ਚਾਹੁੰਦੇ ਹੋ ਦੇਣਾ ਚਾਹੁੰਦੇ ਹੋ ਦੇ ਸਕਦੇ ਹੋ, ਤੁਸੀਂ ਜਦ ਤੱਕ ਨੰਬਰ ਡਾਇਲ ਕਰ ਲਓ, ਮੈਂ ਬ੍ਰੇਕ ਲੈ ਰਿਹਾ, ਦੇਖਦੇ ਰਹੋ ਜਸ ਪੰਜਾਬੀ।